ਅਸਲਾਮ ਵਾਲੇਕੁਮ, ਮੇਰਾ ਨਾਮ ਫੈਸਲ ਹੈ। ਮੇਰੇ ਵਾਲਦ ਸਾਹਿਬ ਦਾ ਨਾਮ ਇਫਤਖਾਰ ਹੈ। ਇਹ ਜਿਹੜਾ ਵਾਕਿਆ ਹੈਗਾ ਸੀ, ਜਿਹੜੇ ਪੁਲਿਸ ਸਾਨੂੰ ਫੜ ਕੇ ਲੈ ਗਈ ਸੀ, ਅਸੀਂ ਪਹਿਲੇ ਪਲਾਂਟ 'ਤੇ ਕੰਮ ਕਰਦੇ ਸੀ ਆਲੂਆਂ ਵਾਲੇ। ਉਹ ਇੱਕ ਦਿਨ ਉਹ ਬੰਦਾ ਸਾਨੂੰ ਆਇਆ, ਉਹ ਬੜਾ ਅਜੀਬ ਜਿਹਾ ਸੀ, ਸਾਡੇ ਨਾਲ ਬਦਤਮੀਜ਼ੀ ਕਰਦਾ ਸੀ, ਅਤੇ ਅਸੀਂ ਉਹਨੂੰ ਸਮਝ ਗਿਆ ਕਿ ਬਦਤਮੀਜ਼ੀ ਕਰ ਰਿਹਾ। ਪਹਿਲੇ ਸ਼ੋਅ ਉਹਨੇ ਹੀ ਦਿੱਤੀ ਬਦਤਮੀਜ਼ੀ ਦੀ, ਲੇਕਿਨ ਅਸੀਂ ਥੋੜ੍ਹੀ ਪਹਿਲੇ ਉਹਨੇ ਕਰਦੇ ਰਹੇ। ਬਾਅਦ 'ਚ ਫਿਰ ਉਹ ਘਰ ਤੱਕ ਗਾਲਾਂ ਤੱਕ ਉੱਪੜ ਗਿਆ, ਸਾਨੂੰ ਪਤਾ ਚੱਲ ਗਿਆ ਬੰਦਾ ਸਹੀ ਨਹੀਂ ਹੈ। ਅਤੇ ਅਸੀਂ ਇਹ ਬੰਦੇ ਨੇ ਕਿਹਾ ਕਿ ਬਈ ਤੁਹਾਡੇ ਸਾਡੇ ਨਾਲ ਮਜ਼ਾਕ ਨਾ ਕਰ ਤੂੰ। ਅਤੇ ਉਹ ਮੈਂ ਉਹਦੇ ਨਾਲ ਗੱਲ ਨਾ ਕਰਨ ਲੱਗ ਪਿਆ। ਫਿਰ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ। ਮੇਰੇ ਕਜ਼ਨ ਨੇ ਫਿਰ ਉਹਦਾ ਨੰਬਰ ਲੈ ਲਿਆ, ਉਹਨੇ ਆਪਣਾ ਨੰਬਰ ਦੇ ਦਿੱਤਾ, ਦੂਸਰੇ ਨੇ ਆਪਣਾ ਨੰਬਰ ਦੇ ਦਿੱਤਾ। ਅਤੇ ਉਹਨੇ ਮੈਨੂੰ ਕਿਹਾ ਵੀ ਯਾਰ ਉਹਦੇ ਨੰਬਰ ਮੋਬਾਈਲ ਦੇ ਵਿੱਚ ਨਾ ਆਪਣਾ ਮੇਰਾ ਨੰਬਰ ਸੇਵ ਕਰ ਦੇ। ਫਿਰ ਉਹਦੇ ਮੋਬਾਈਲ ਦੇ ਵਿੱਚ ਮੈਂ ਆਪਦੇ ਕਜ਼ਨ ਦਾ ਨੰਬਰ ਸੇਵ ਕੀਤਾ ਅਮਾਨਤ ਦੇ ਨਾਂ 'ਤੇ। ਅਤੇ ਅਮਾਨਤ ਉਹਨੇ ਮਿਸ ਕਾਲ ਮਾਰੀ, ਫਿਰ ਅਮਾਨਤ ਨੇ ਲਿਖਦਿਆ ਅਮਾਨਤ ਨੇ ਆਪਣੇ ਨੰਬਰ 'ਚ ਮੋਬਾਈਲ 'ਚ ਸੇਵ ਕਰ ਲਿਆ ਨੰਬਰ। ਅਤੇ ਉਹਨੂੰ ਪੜ੍ਹਨਾ ਨਹੀਂ ਆਉਂਦਾ ਸੀ, ਉਹਨੇ ਉਸ ਤਰ੍ਹਾਂ ਹੀ ਏਰੀਆ ਵਿੱਚ ਲਿਖ ਦਿੱਤਾ ਸੀ। ਅਤੇ ਉਹ ਫਿਰ ਅੱਜ ਸੁਬਹਾ ਸੁਬਹਾ ਸਾਨੂੰ ਕੱਲ੍ਹ ਸੁਬਹਾ ਸੁਬਹਾ ਲੈ ਗਿਆ ਸਾਨੂੰ ਕਮਾਂਡੋ। ਸਾਨੂੰ ਉੱਥੇ ਉਹਨਾਂ ਪੁੱਛਿਆ ਸੀ ਕਿ ਤੁਸੀਂ ਇਹਦੇ ਬਾਰੇ ਕੀ ਜਾਣਦੇ ਜੇ, ਅਮਾਨਤ ਕੋਲ ਪੁੱਛਿਆ ਸੀ ਵੀ ਇਹਦੇ ਬਾਰੇ ਕੀ ਜਾਣਦੇ ਜੇ। ਇਹ ਕਹਿ ਰਹੀ ਸੀ ਕੁਛ ਨਹੀਂ ਸਰ ਜਾਣਦੇ, ਕੁਛ ਨਹੀਂ ਅਸੀਂ ਜਾਣਦੇ। ਲੇਕਿਨ ਉਹਨੇ ਕਿਹਾ ਸੀ ਕਿ ਉਹਨੇ ਕਿਹਾ ਤੂੰ ਦੱਸ। ਹੁਣ ਫਿਰ ਥੋੜ੍ਹਾ ਜਿਹਾ ਦਿਮਾਗ 'ਤੇ ਜ਼ੋਰ ਪਾਇਆ, ਫਿਰ ਉਹਨੇ ਮੋਬਾਈਲ ਦੇ ਉਹਨਾਂ ਸਰ ਨੇ ਮੋਬਾਈਲ ਦੇ ਨੰਬਰ ਡਾਇਲ ਕੀਤਾ 305 ਵਾਲਾ। ਉਹ ਅਮਾਨਤ ਦੀ ਸਿਮ ਦੇ ਵਿੱਚ ਨੰਬਰ ਸੇਫ ਹੈਗਾ ਸੀ। ਕਿੰਨੇ ਨਾਮ? ਅਮਾਨਤ ਦੇ ਨੰਬਰ ਨਾਮ ਨਹੀਂ ਲਿਖਿਆ ਸੀ ਉੱਤੇ, 305 ਵਾਲਾ ਨੰਬਰ ਜਿਹੜੇ ਸਰ ਨੇ ਕਿਹਾ ਸੀ ਉਹ ਨੰਬਰ ਸੇਫ ਸੀ ਵਿੱਚ। ਸ਼ਫਕਤ ਨੰਬਰ? ਇਹ ਨਹੀਂ ਪਤਾ, ਸ਼ਫਕਤ ਦਾ ਨੰਬਰ ਸੀ ਮੇਰੇ ਖਿਆਲ, ਸ਼ਫਕਤ ਦਾ ਕਾਲ ਹੀ ਸੀ ਜਿਹਦੇ ਨਾਲ। ਫਿਰ ਅਸੀਂ ਉਹ ਇਲੈਕਟ੍ਰੀਸ਼ਨ ਦੀ ਦੁਕਾਨ 'ਤੇ ਰਾਤ ਨੂੰ ਗਏ ਹਾਂ। ਇਲੈਕਟ੍ਰੀਸ਼ਨ ਦੀ ਦੁਕਾਨ 'ਤੇ ਗਏ, ਉਹ ਇਲੈਕਟ੍ਰੀਸ਼ਨ ਦੀ ਦੁਕਾਨ 'ਤੇ ਸਮਾਨ ਲੈ ਰਿਹਾ ਸਾਂ, ਅਤੇ ਉਹ ਅਮਾਨਤ ਨੂੰ ਫੋਨ ਆਇਆ ਉਹਦਾ, ਸ਼ਫਕਤ ਅਲੀ ਦਾ। ਅਤੇ ਉਹ ਕਹਿ ਰਿਹਾ ਸੀ ਯਾਰ ਉਹ ਸਟੋਰ ਖੁੱਲ੍ਹਿਆ ਕਿ ਨਹੀਂ, ਅਮਾਨਤ ਪੁੱਛ ਰਿਹਾ ਸੀ ਉਹਦੇ ਕੋਲੋਂ। ਅਤੇ ਉਹਨੇ ਕਿਹਾ ਨਹੀਂ ਯਾਰ ਸਟੋਰ ਨਹੀਂ ਖੁੱਲ੍ਹਿਆ। ਉਹਨੂੰ ਕਹਿ ਰਿਹਾ ਸੀ ਯਾਰ ਮੈਂ ਤੇਰੇ ਘਰ ਹੀ ਆਵਾਂ। ਅਮਾਨਤ ਕਹਿ ਰਿਹਾ ਨਹੀਂ ਯਾਰ ਤੂੰ ਬਹੁਤਾ ਫ੍ਰੀ ਨਾ, ਉਹ ਕੋਈ ਤੈਨੂੰ ਆਦ ਕਰ ਨਹੀਂ ਦੱਸਣਾ, ਤੂੰ ਆਪਣੇ ਕੰਮ ਨਾਲ ਕੰਮ ਰੱਖ। ਐਵੇਂ ਇੱਕ ਮਿੰਟ ਕੁਛ ਸੈਕਿੰਡ ਗੱਲ ਹੁੰਦੀ ਨਹੀਂ ਹੁੰਦੀ। ਫਿਰ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਅਮਾਨਤ ਦੀ ਗੱਲ ਹੋਈ ਕਿ ਨਹੀਂ, ਜ਼ਿਆਦਾ ਹੋਈ। ਉਸ ਤੋਂ ਬਾਅਦ ਫਿਰ ਸਾਨੂੰ ਪੁਲਿਸ ਜਿਹੜੇ ਚੁੱਕ ਕੇ ਲੈ ਗਏ ਸੀ, ਪੁਲਿਸ ਨੇ ਸਾਡੇ ਕੋਲ ਪੁੱਛਿਆ ਸੀ ਸਾਰਾ ਕੁਛ। ਅਤੇ ਫਿਰ ਇੱਥੇ ਸਾਨੂੰ ਆਲੂ ਵਾਲੇ ਸਟੋਰ 'ਤੇ ਲੈ ਕੇ ਆਈਏ, ਆਲੂ ਵਾਲੇ ਸਟੋਰ 'ਤੇ ਲੈ ਕੇ ਆਈ। ਫਿਰ ਉਹਨਾਂ ਕਿਹਾ ਕਿ ਇਹ ਬੰਦਾ ਪਛਾਣੋ। ਅਮਾਨਤ ਨੇ ਪਹਿਲੇ ਪਛਾਣਿਆ, ਉਹਨੇ ਕਿਹਾ ਇਹ ਸਰ ਮੇਰੀ ਪਛਾਣ 'ਚ ਸਹੀ ਨਹੀਂ ਆ ਰਿਹਾ, ਇਹ ਇੱਥੇ ਦੀ ਇਹਦੀ ਉਮਰ ਕਮ ਹੈ ਜੀ ਵਗੈਰਾ ਵਗੈਰਾ, ਉਹਨੂੰ ਸਹੀ ਪਛਾਣ 'ਚ ਨਹੀਂ ਆ ਰਿਹਾ ਸੀ ਅਮਾਨਤ ਨੂੰ। ਫਿਰ ਉਸ ਤੋਂ ਬਾਅਦ ਮੈਂ ਆਇਆ, ਉਹਨਾਂ ਕਿਹਾ ਕਿ ਇਹ ਬੰਦਾ ਚੈੱਕ ਕਰ, ਇਹੋ ਹੀ ਹੈ ਬਿਲਕੁਲ। ਉਹਨਾਂ ਮੈਂ ਕਿਹਾ ਸਰ ਬਿਲਕੁਲ 100% ਹੋਏ। ਉਹਨਾਂ ਕਿਹਾ ਸਾਨੂੰ ਇਹੀ ਬੰਦਾ ਚਾਹੀਦਾ ਸੀ। ਉਹਨਾਂ ਕੋਲ ਕਨਫਰਮ ਕਰ ਲਿਆ, ਮੈਂ ਕਿਹਾ ਸਰ ਜੀ ਬਿਲਕੁਲ ਇਹ ਹੋਏ, ਸ਼ਫਕਤ ਅਲੀ ਨਾਮ ਸੀ ਉਹਦਾ। ਮੈਂ ਕਿਹਾ ਸਰ ਬਿਲਕੁਲ ਇਹ ਹੋਏ, ਉੱਤੇ ਨਾਮ ਵੀ ਲਿਖਿਆ ਸੀ ਸ਼ਫਕਤ ਅਲੀ, ਵੱਡੇ ਸਰ ਹੈਗੇ ਸਨ ਉਹਨਾਂ, ਬਿਲਕੁਲ। ਮੈਂ ਕਿਹਾ ਸਰ ਇਹੋ ਬੰਦਾ। ਉਹਨਾਂ ਕਿਹਾ ਚਲੋ ਠੀਕ ਹੈ। ਫਿਰ ਠੇਕੇਦਾਰ ਗਏ ਨਾਲ, ਉਹਨਾਂ ਨੂੰ ਘਰ ਦਾ ਹੁੰਦਾ ਪਤਾ ਸੀ, ਉਹ ਠੇਕੇਦਾਰ ਫਿਰ ਉਹਨਾਂ ਦੇ ਨਾਲ ਗਿਆ ਸਨ, ਉਹ ਲੈ ਕੇ ਆਏ ਨੇ। ਫਿਰ ਉਹਨੂੰ ਮੇਰੇ ਸਾਹਮਣੇ ਤਾਂ ਨਹੀਂ ਕਰਵਾਇਆ, ਲੇਕਿਨ ਉਹ ਅੱਗੇ ਪਤਾ ਨਹੀਂ ਲੈ ਗਏ ਨੇ, ਗ੍ਰਿਫਤਾਰ ਹੋ ਗਏ ਸਨ। ਫਿਰ ਉਹ ਇਸ ਤਰ੍ਹਾਂ ਫਿਰ ਉਹਨਾਂ ਰਾਤ ਨੂੰ ਲੈ ਗਏ ਸਨ। ਫਿਰ ਉਹਨਾਂ ਸੁਬਹਾ ਫਿਰ ਕੱਲ੍ਹ ਰਾਤ ਨੂੰ ਸਾਨੂੰ ਰਾਤ ਦੇ 10 ਵਜੇ ਘਰ ਛੱਡ ਗਏ ਨੇ ਸਹੀ ਸਲਾਮਤ, ਗੁਲਾਮ ਕਾਦਰ ਸਾਹਿਬ ਦੇ ਹੱਥ 'ਚ। ਉਹਨਾਂ ਕਿਹਾ ਸਪੁਰਦ ਕਰਤਾ ਤੁਹਾਡੇ, ਅਸੀਂ ਤੁਹਾਡੇ ਬੱਚੇ। ਸ਼ਫਕਤ ਕਿੱਥੋਂ ਗ੍ਰਿਫਤਾਰ ਕੀਤਾ? ਸ਼ਫਕਤ ਇਹ ਸਰ ਮੇਰੇ ਖਿਆਲ ਠੇਕੇਦਾਰ ਸਾਹਿਬ ਨਾਲ ਲੈ ਗਏ ਸਨ, ਪਾਕਿਸਤਾਨੀ ਪੁਲ ਦੇ ਨਜ਼ਦੀਕ ਦੁਪਾਲਪੁਰ ਦੇ ਕੋਲ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਿਹੜਾ ਤੁਸੀਂ ਦੱਸ ਰਹੇ ਹੋ ਕੋਲਡ ਸਟੋਰ, ਉਹ ਕਿੱਥੇ ਕਰਕੇ? ਇਹ ਇੱਧਰ ਹੰਸਾ ਵਾਲੇ ਮੋੜ।